नेशन इज इंडिया यू कनाडा गो टू इंडिया पन्नू अंकल थोड़ी सी स्टेटमेंट की देती जस्टिन ट्रूडो ने पार्लियामेंट ਦੇ ਵਿੱਚ ਤੂੰ ਤਾਂ ਹਿੱਲ ਗਿਆ ਤੂੰ ਤਾਂ ਹਿੱਲ ਗਿਆ ਇੱਦਾਂ ਇੱਦਾਂ ਦਾ ਹਿੱਲ ਕੇ ਕੰਧਾਂ 'ਚ ਨਾ ਵੱਜ ਕਿਉਂਕਿ ਜਿਆਦਾ ਹਿਲਣਾ ਸਿਹਤ ਵਾਸਤੇ ਚੰਗਾ ਨਹੀਂ ਹੁੰਦਾ ਬੰਦਾ ਕਿਵੇਂ ਹਿਲਦਾ ਹਿਲਦਾ ਗੜਰ ਵਿੱਚ ਵੀ ਉਧੇ ਮੂੰਹ ਡਿੱਗ ਪੈਂਦਾ ਠੀਕ ਹੈ ਇਹ ਰਾਜਨੀਤੀ ਹੈ ਪੰਨੂ ਅੰਕਲ ਰਾਜਨੀਤੀ ਕਭੀ ਕਿਸੇ ਕੋ ਸਮਝ ਨਹੀਂ ਆਈ ਕਬੀਪਲ ਕਬੀ ਟੋਲਾ ਕਬੀ ਮਾਸ਼ਾ ਸੋ ਹੁਣ ਪੰਨੂ ਦੇ ਅੰਦਰ ਜਿਹੜਾ ਜ਼ਹਿਰ ਭਰਿਆ ਸੀ ਹਿੰਦੂ ਕੌਮ ਨੂੰ ਲੈ ਕੇ ਉਹ ਹੁਣ ਹੌਲੀ-ਹੌਲੀ 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 ਬਾਹਰ ਉੱਗਲ ਰਿਹਾ ਕਹਿੰਦਾ ਵੀ ਜਿਹੜੇ ਇੰਡੋ ਕਨੇਡੀਅਨ ਹਿੰਦੂਸ ਨੇ ਉਹ ਜਾਓ ਵੀ ਲੀਵ ਦਿਸ ਕੰਟਰੀ ਕਿਉਂ ਪੰਨੂ ਅੰਕਲ ਆਪਕੇ ਪਪਾ ਕੈਨੇਡਾ ਹੈ ਆਪ ਨੇ ਅਗਰ ਲਾਇਰ ਦੀ ਡਿਗਰੀ ਕੀਤੀ ਹੈ ਤਾਂ ਆਪਨੇ ਕਾ ਕੈਨੇਡਾ ਕੋ ਰਜਿਸਟਰ ਕਰਾ ਲਿਆ ਆਪਣੇ ਨਾਮ ਪਰ ਤਬ ਆ ਵੀ ਕਬੀ ਬੋਲਤੇ ਹੋ ਖੁਰਕ ਸ਼ਤਰ ਤੇ ਝੰਡਾ ਚੜਾਤਾ ਕੱਲ ਹਰਿਆਣੇ ਤੇ ਚੜਾਤਾ ਅੱਜ ਦਿੱਲੀ ਲੈ ਕੇ ਰਵਾਂਗੇ ਹੁਣ ਅਸੀਂ ਕੈਨੇਡਾ ਲੈ ਕੇ ਰਵਾਂ ਇਹ ਪੰਨੂ ਅੰਕਲ ਗਜਰੇਲੇ ਦੀ ਬਰਫੀ ਆ ਸਮਝਿਆ ਹੋਇਆ ਤੂੰ ਕੈਨੇਡਾ ਨੂੰ ਇੰਡੀਆ ਨੂੰ ਕਦੀ ਕਿਤੇ ਝੰਡਾ ਚੜਾ ਦੇਣਾ ਕਦੀ ਕਿਤੇ ਚੜਾ ਦੇਣਾ ਮੇਰੇ ਗੱਲ ਸੁਣ ਜਿਹੜੇ ਲੋਕ ਇੱਥੋਂ ਦੇ ਸਨੀਕ ਆ ਨਾ ਇੰਡੋ ਕੈਨੇਡੀਅਨ Hindu ਤੂੰ ਆਪਣੇ ਪਛਵਾੜੇ ਤੱਕ ਵੀ ਜ਼ੋਰ ਲਾ ਲੈ ਉਹਨਾਂ ਨੂੰ ਕੱਢ ਨਹੀਂ ਸਕਦਾ ਇੱਥੋਂ ਕਿਉਂਕਿ ਤੇਰੇ ਪਿਓ ਦਾ ਇੱਥੇ ਕਾਨੂੰਨ ਨਹੀਂ ਚੱਲਦਾ ਤੇ ਤੇਰਾ ਕੈਨੇਡਾ ਨਹੀਂ ਹੈ ਤੂੰ ਵੀ ਦੂਰ ਦੀ ਗੱਲ ਐ ਉਹਨਾਂ ਨੂੰ ਕੱਢਣ ਦੀ ਵੀ ਦੂਰ ਦੀ ਗੱਲ ਆ ਖਾਲਿਸਤਾਨ ਬਣਾ ਕੇ ਦਿਖਾ ਦੇ ਜੇ ਹਰਿਆਣਾ ਵਾਲੇ ਰਾਜਸਥਾਨ ਵਾਲੇ ਹਮਾਚਲ ਵਾਲੇ ਤੇ ਪੰਜਾਬ ਵਾਲੇ ਸੜਕਾਂ ਤੇ ਨਾ ਆ ਕੇ ਧਰਨੇ ਲਾਉਣ ਤੇਰਾ ਖਾਲਿਸਤਾਨ ਦਾ ਸੁਪਨਾ ਵਿੱਚ ਹੀ ਰਹਿ ਜਾਣਾ ਤੂੰ ਇੰਨੀ ਨਫ਼ਰਤ ਹਿੰਦੂਆਂ ਤੋਂ ਇੰਨੀ ਜ਼ਹਿਰ ਉਗਲ ਰਿਆਂ ਇੰਨਾ ਗੰਦ ਪਾ ਰਿਆਂ ਤੂੰ ਆਪ ਕੌਣ ਐ ਦੱਸ ਮੈਨੂੰ ਹੂ ਦਾ ਹਾਲ ਆਰ ਯੂ ਤੂੰ ਕੌਣ ਐ ਤੇਰੀ ਜਾਤ ਤੇਰੀ ਨਸਲ ਕੀ ਆ ਤੇਰੇ ਪਿਓ ਦਾ ਨਾਮ ਦੇ ਪਿੱਛੇ ਪੰਨੂ ਹੋਣਾ ਤੇਰੇ ਦਾਦੇ ਦੇ ਨਾਮ ਦੇ ਪਿੱਛੇ ਪੰਨੂ ਹੋਣਾ ਚਲ ਤੇਰੇ ਪਰਦਾਦੇ ਦੇ ਨਾਮ ਪਿੱਛੇ ਵੀ ਪੰਨੂ ਹੋਣਾ ਤੂੰ ਆਪਣੀ 6 ਪੀੜੀਆਂ ਤਾਂ ਗਿਨਾ ਦੇ ਕਿ ਤੇਰੀ 6ਵੀਂ ਪੀੜ੍ਹੀ ਦਾ ਸਰਨੇਮ ਕੀ ਸੀ ਹਿੰਦੂਆਂ ਨੂੰ ਅੱਜ ਗਾਲਾਂ ਕੱਢ ਰਹੇ ਹੋ ਕਿ ਹਿੰਦੂਆਂ ਦਾ ਯੋਗਦਾਨ ਨਹੀਂ ਕੁਝ ਵਾਹ ਤੁਹਾਨੂੰ ਇਹ ਲੱਗ ਰਿਹਾ ਹੈ ਵੀ ਅਸੀਂ ਇਕੱਲੇ ਪੰਜਾਬੀ ਹੀ ਕੈਨੇਡਾ 'ਚ ਕੰਮ ਕਰ ਰਹੇ ਹਾਂ ਕੈਨੇਡਾ ਨੂੰ ਟੈਕਸ ਪੇ ਕਰ ਰਹੇ ਆ ਬਾਕੀ ਜਿਹੜੇ ਇੱਥੇ ਇੰਡੀਅਨਸ ਬੈਠੇ ਆ ਚਾਹੇ ਉਹ 크ਰਿਸਚਨ ਹੈ ਹਿੰਦੂ ਆ ਚਾਹੇ ਮੁਸਲਮਾਨ ਉਹ ਤਾਂ ਕੰਮ ਹੀ ਨਹੀਂ ਕਰਦੇ ਨਾ ਉਹ ਤਾਂ ਟੈਕਸ ਪੇ ਕਰਦੇ ਨਹੀਂ ਨੇ ਕੰਟਰੀ ਨੂੰ ਕੱਲਾ ਇੱਕ ਤੂੰ ਹੀ ਵੱਡਾ ਸੂਰਮਾ ਆ ਗਿਆ ਸੋ ਇੰਨੇ ਮੈਨੂੰ ਨਾ ਹੁਣ ਸੋਹਣ ਲੱਗੇ ਜਿੰਨਾ ਮੈਂ ਤੇਰੇ ਬਾਰੇ ਹੁਣ ਰੀਡ ਕੀਤਾ ਵੀ ਤੈਨੂੰ ਕੋਈ ਮੈਂਟਲੀ ਸਿਕਨੈਸ ਹੈ ਤੈਨੂੰ ਕੋਈ ਮੈਂਟਲੀ ਇਸ਼ੂ ਹੈਗੇ ਆ ਤੂੰ ਨਾਰਮਲ ਨਹੀਂ ਹੈ ਐਬਨਾਰਮਲ ਬੰਦਾ ਹੈ ਤੂੰ ਬਹੁਤ ਨਫ਼ਰਤ ਫਲਾ ਰਿਹਾ ਹੈਂ ਤੂੰ ਕੌਮ ਦੇ ਵਿੱਚ ਦੰਗੇ ਕਰਾਉਣ ਨੂੰ ਫਿਰ ਰਿਹਾ ਕਿ ਸਿੱਖ ਤੇ ਹਿੰਦੂ ਆਪਸ ਲੜ ਪੈਣ ਸੇ ਕਮ ਸੁਲਮਾਨ ਲੜਪੈਨ ਮਤਲਬ ਤੂੰ ਜਿਹੜੀ ਉਹ ਬ੍ਰਿਟਿਸ਼ ਵੱਲ ਨੇ 1947 ਚ ਜਿਹੜੀ ਪਾਲਸੀ ਖੇਲੀ ਸੀ ਨਾ ਡਿਵਾਈਡ ਐਂਡ ਰੂਲ ਉਹ ਨਾ ਕਰ ਉਹ ਨਾ ਕਰ ਉਦੋਂ ਸਾਡੀ ਭਾਰਤ ਦੀ ਜਨਤਾ ਬੜੀ ਹੀ ਸਿੱਧੀ ਸਾਦੀ ਸੀ ਸ਼ਰੀਫ ਜਿਸੀ ਲੋਕ ਕਿੰਨੇ ਵੈਲ ਐਜੂਕੇਟਿਡ ਨਹੀਂ ਹੁੰਦੇ ਸੀ ਤੇ ਉਹ ਮਗਰ ਲੱਗ ਵੀ ਜਾਂਦੇ ਸੀ ਪਰ ਹੁਣ ਜਨਤਾ ਤੇ ਸਾਡੀ ਨਵੀਂ ਯੂਥ ਬਹੁਤ ਪੜ੍ਹ ਲਿਖ ਗਈ ਆ ਸਪਨਵੰਕ ऐसे कम मत करो मत करो कि आपको उदमी जमीन पे गिरना पड़े पनु अंकल कभी भारत मांगते हो कभी पंजाब मांगते हो कभी हरियाणा मांगते हो कभी राजस्थान मांगते हो अब आप मांगते हो पूरा कनेडा तो आपको क्या लगता है पनु अंकल ये कनेडा में जो हिंदू लोग रह रहे हैं या आपकी घटी ऐसी वाई ऐसी सुनकर दौड़ जाएंगे क्या नहीं 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 ये डंडा देंगे आपके और ऐसा डंडा देगी गवर्नमेंट कनेडा कि आप देखते रह जाएंगे पनवां कहने जो हंकारया सो मार् इतिहास गवाह है वे वे राजे महाराजे पीर फकंबर इस दुनिया बच्च आए इतिहास गवाह है कि जो हंकारे ਗੁਰੂ ਮਹਾਰਾਜ ਨੇ ਸੱਚੇ ਪਾਸ਼ਾ ਭਾਈ ਗੁਰੂ ਨੇ ਹੰਕਾਰ ਐਸਾ ਤੋੜਿਆ ਉਹ ਇਨਸਾਨ ਉਹਦੇ ਜ਼ਮੀਨ ਦੇ ਉੱਪਰ ਗਿਰਿਆ ਤੇ ਕਹਿੰਦਾ ਹੈ ਆਹ ਕੀ ਹੋਇਆ ਸੋ ਇਨਸਾਨ ਨੂੰ ਕਦੀ ਵੀ ਇੰਨਾ غرੂਰ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਇੱਕ ਟਰੂਡੋ ਨੇ ਹੀ ਕਿਹਾ ਕਿ ਇੰਡੀਅਨ ਇੰਟੈਲੀਜੈਂਸ ਦੀਆਂ ਏਜੰਸੀਆਂ ਨੇ ਜੀ ਸਾਡਾ ਇਹ ਤੇ ਬੰਦਾ ਮਾਰਿਆ ਕੈਨੇਡੀਅਨ ਸਿਟੀਜ਼ਨਸੀ ਵੋਵਰਵ ਜੋ ਵੀ ਹੁਣ ਰਾਤ ਨੂੰ ਜਿਹੜੀ ਅੱਜ ਖਬਰ ਆਈ ਹੈ ਕਿ ਕੋਈ ਗੈਂਗਸਟਰ ਸੀ ਵਿਨੀਪੈਗ ਦੇ ਵਿੱਚ ਉਹਨੂੰ ਵੀ ਮਾਰਦਾ ਹੈ ਕੱਲ ਰਾਤ ਉਹਤੇ ਗੋਲੀਆਂ ਚੱਲੀਆਂ ਉਹ ਮਾਰਦਾ ਹੈ ਹੁਣ ਕਹਿ ਦੋ ਵੀ ਭਾਰਤ ਸਰਕਾਰ ਨੇ ਕੀਤਾ ਤੇ ਉਹਨੂੰ ਮਾਰਨ ਦੀ ਜਿਹੜੀ ਸऱ्याਮ ਖੁੱਲੀ ਚੇਤਾਵਨੀ ਉਹ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਮੈਂ ਕਰਵਾਇਆ ਹੁਣ ਕੀ ਕਰੋਗੇ ਹੁਣ ਇਹਦੇ ਵੀ ਇੰਡੀਆ ਇੰਡੀਆ ਦਾ ਨਾਮ ਲਾ ਦੋ ਕਿਉਂਕਿ ਤੁਹਾਨੂੰ ਖਾਲਿਸਤਾਨੀ ਨੂੰ ਸਪੋਰਟ ਕਰ ਰਹੇ ਸੀ ਉਹ ਬੰਦਾ ਸਵੇਰ ਦੀ ਨਿਊਜ਼ ਹੈ ਸਾਰੇ ਚੈਨਲ ਭਰੇ ਪਏ ਮੈਂ ਨਿਊਜ਼ ਦੇਖ ਕੇ ਪੜ੍ਹ ਕੇ ਸੁਣ ਕੇ ਬੋਲ ਰਹੀ ਆ ਸੋ ਵੱਡੇ ਵੱਡੇ ਜਿਹੜੇ ਗੁਰੂ ਫਕੀਰ ਵੀ ਆਏ ਨਾ ਸਤਰਤੀ ਤੇ ਚ ਉਹਨਾਂ ਨੇ ਵੀ ਕਿਸੇ ਚੀਜ਼ ਤੇ ਕਦੀ ਕਮਾਂਡ ਕੀਤਾ ਸੀ ਪਰ ਨੰਨ ਅੰਕਲ ਭਗਵਾਨ ਬਹੁਤ ਗ੍ਰੇਟ ਹੈ ਜੀ ਖਮਰ ਤੋਂ ਉਸਨੇ ਵੀ ਤੋੜ ਦਿਆ ਉਹਨਾਂ ਦਾ ਬਾਬਾ ਫਰੀਦ ਜੀ ਭਗਤੀ ਕਰਨ ਗਏ ਸੀ ਜੰਗਲਾਂ ਦੇ ਵਿੱਚ ਬਹੁਤ ਖੂਬ ਭਗਤੀ ਕੀਤੀ ਪਰ ਉਹਨਾਂ ਨੂੰ ਆਪਣੀ ਭਗਤੀ ਤੇ ਥੋੜਾ ਜਿਹਾ ਸ਼ੱਕ ਹੋ ਗਿਆ ਕਿ ਦੇਖਾਂ ਵੀ ਮੈਂ ਇੰਨੇ ਸਾਲ ਭਗਤੀ ਕੀਤੀ ਤੇ ਮੇਰੇ ਚ ਕੀ ਕੀ ਚਮਤਕਾਰ ਆ ਤੱਕ ਖੁਦ ਇਹ ਕੰਡੇ ਜਾ ਕੇ ਚਿੜੀਆਂ ਬੈਠੀਆਂ ਕਹਿੰਦੇ ਚਿੜੀਆਂ ਮਰ ਜਾਓ ਚਿੜੀਆਂ ਮਾਰ ਗਈਆਂ ਉਹਨਾਂ ਨੂੰ ਤਾਂ غرور ਹੋ ਗਿਆ ਵੀ ਮੈਂ ਕਹਾਂ ਚਿੜੀਆਂ ਮਾਰ ਗਈਆਂ ਤਾਂ ਉੱਥੇ ਇੱਕ ਦੇਵ ਸ਼ਕਤੀ ਪ੍ਰਗਟ ਹੋਈ ਤੋਂ ਕਹਿੰਦੇ ਵੀ ਵਾ ਬੰਦਿਆ ਵਾ ਤੈਨੂੰ ਆਪਣੀ ਭਗਤੀ ਤੇ ਕਹਿੰਦੇ ਇਨਾ غرور ਹੋ ਗਿਆ ਕਿ ਤੂੰ ਚਿੜੀਆਂ ਕਹਾਂ ਚਿੜੀਆਂ ਮਰ ਗਈਆਂ ਜਾ ਕਹਿੰਦਾ ਤੇਰੀ ਸਾਰੀ ਭਗਤੀ ਨੀਫਲ ਹੋ ਗਈ ਬਾਬਾ ਫਰੀਦੀ ਰਿਅਲਾਈਜ਼ ਕਰਨ ਲੱਗੇ ਕਿ ਇਹ ਮੈਥੋਂ ਕੀ ਹੋ ਗਿਆ ਆਪਣੇ ਘਰ ਜਾਂਦੇ ਆ ਆਪਣੀ ਮਾਤਾ ਸ਼੍ਰੀ ਨਾਲ ਗੱਲ ਕਰਦੇ ਆ ਤਾਂ ਮਾਤਾ ਕਹਿੰਦੀ ਨਹੀਂ ਪੁੱਤ ਤੈਨੂੰ ਗਮਾਨ ਹੋ ਗਿਆ ਸੀ ਵੀ ਤੂੰ ਕਹਤਾ ਚਿੜੀਆਂ ਮਰਜੋ ਚਿੜੀਆਂ ਤਾਂ ਮਰ ਗਈਆਂ ਫੇਰ ਉਹ ਦੁਬਾਰਾ ਜੰਗਲਾਂ 'ਚ ਫੇਰ ਭਗਤੀ ਕਰਨ ਜਾਂਦੇ ਰਿਹਾ ਲਾਈਜ਼ ਕਰਦੇ ਕਿ ਮੈਂ ਕਮੰਡ ਕਮੰਡੀ ਹੋ ਗਿਆ ਵੀ ਮੈਂ ਟੈਸਟ ਕੀਤਾ ਆਪਣੀ ਭਗਤੀ ਨੂੰ ਮੇਰੀ ਭਗਤੀ ਕਿੰਨੀ ਕੁ ਸ਼ਕਤੀਮਾਨ ਚੁਕੀ ਆ ਸੋ ਰੱਬ ਨੇ ਉਹਦੇ ਮੂੰਹ ਸੁੱਟਿਆ ਸਾਰੀਆਂ ਸ਼ਕਤੀਆਂ ਖੋਈਆਂ ਉਹਨਾਂ ਨੂੰ ਦੁਬਾਰਾ ਭਗਤੀ ਕਰਨੀ ਪਈ ਸੋ ਭਗਤੀ ਤੇ ਸ਼ਕਤੀ ਜਦੋਂ ਈਸ਼ਵਰ ਕਿਸੇ ਨੂੰ ਕੋਈ ਸ਼ਕਤੀ ਦਿੰਦਾ ਨਾ ਨੇਚਰਲ ਪਾਵਰ ਕਈਆਂ ਲੋਕਾਂ ਦੇ ਨਾਲ ਬਾਈ ਬਰਥ ਹੁੰਦੀ ਆ ਜਦੋਂ ਉਹ ਇਨਸਾਨ ਉਹਦਾ ਗਲਤ ਇਸਤੇਮਾਲ ਕਰਦਾ ਹੈ ਈਸ਼ਵਰ ਵਾਪਸ ਲੈਣ ਲੱਗੇ ਵੀ ਮਿੰਟਲ ਹੁੰਦਾ ਚੜਾਉਣ ਵਾਲਾ ਵੀ ਉਹ ਹੀ ਹੈ ਤੇ ਥੱਲੇ ਲਾਉਣ ਵਾਲਾ ਵੀ ਉਹ ਹੀ ਹੈ ਜੇ ਤੁਸੀਂ ਉਸ ਈਸ਼ਵਰ ਦੇ ਨਾਲ ਟਕਰਾਉਂਗੇ ਜੇ ਤੁਸੀਂ ਉਸ ਵਾਹੀ ਗੁਰੂ ਦੇ ਨਾਲ ਟਕਰਾ ਕੇ ਇੱਕ ਸੋਚੋਗੇ ਕਿ ਅਸੀਂ ਗ੍ਰੰਥ ਸਾਹਿਬ ਨੂੰ ਵੀ ਕੁਝ ਨਹੀਂ ਸਮਝਦੇ ਆ ਬਸ ਸਾਡੇ ਜਿਹੜੇ ਬੰਦੇ ਮਰੇ ਆ ਬਸ ਉਹਨਾਂ ਦੀ ਫੋਟੋ ਅਸੀਂ ਤੂਫਾ ਕਰਬਤੀ ਲਾਉਣੀ ਆ ਅਸੀਂ ਗੁਰਦੁਆਰੇ ਭਰ ਦੇਣੀ ਆ ਉਹਨਾਂ ਦੇ ਫੋਟੋ ਨਾਲ ਬੜਾ ਬਿਆਨਤਾ ਖੇਡਿਓ ਨਾ ਉਹਦੇ ਨਾਲ ਜਦੋਂ ਉਹਨੇ ਖੇਡਾਂ ਖੇਡਣੀਆਂ ਨਾ ਉਹ ਖੇਡਾਂ ਤੁਹਾਡੇ ਸਮਝ ਵੀ ਨਹੀਂ ਆਉਣੀਆਂ ਸੋ ਪੰਨੂ ਅੰਕਲ ਵੀ ਤੂੰ ਪਹਿਲੇ ਪੇਪਰ ਦਿਖਾ ਸਾਨੂੰ ਟਿਕਟੌਕ ਦੇ ਉੱਪਰ ਵੀ ਕਿਹੜਾ ਕੈਨੇਡਾ ਦਾ ਹਿੱਸਾ ਤੂੰ ਰਜਿਸਟਰਡ ਕਰਾਇਆ ਆਪਣਾ ਔਰ ਕਿਹੜਾ ਕੈਨੇਡਾ ਦਾ ਐਸਾ ਪ੍ਰਾਈਮ ਮਿਨਿਸਟਰ ਐਮ ਐਲ ਏ ਜਾਂ ਐਮ ਪੀ ਆ ਵੀ ਜਿਹੜਾ ਤੈਨੂੰ ਲਿਸਨ ਕਰਦਾ ਤੇ ਤੈਨੂੰ ਸਪੋਰਟ ਕਰਦਾ ਤੂੰ ਕਹਿ ਦੇਂਗਾ ਤਾਂ ਇੰਡੋ ਕੈਨੇਡੀਅਨ ਹਿੰਦੂਆਂ ਨੂੰ ਇੱਥੋਂ ਕੱਢ ਦੇਣਗੇ ਉਹ ਵੀ ਸਿਟੀਜ਼ਨ ਵਸਨੀਕ ਲੋਕਾਂ ਨੂੰ ਤੇਰੇ ਕਹਿਣ ਤੇ ਬਸ ਇੱਕ ਗੱਲ ਆ ਜੇ ਵਰਲਡ ਵਾਰ ਲੱਗ ਗਿਆ ਨਾ 3 ਹੁਣ ਪੂਰੀ ਦੁਨੀਆ ਚ ਦੇਖੋ ਰਸ਼ੀਆ ਯੂਕਰੇਨ ਦਾ ਹਾਲ ਦੇਖ ਲਓ ਕੀ ਚੱਲਿਆ ਇਹ ਬੰਦਾ ਲਵਾਊਗਾ ਔਰ ਇਹ ਬੰਦਾ ਕਿਉਂ ਲਵਾਊਗਾ ਜੇ ਅਸੀਂ ਸਾਰੀ ਸੰਗਤੇ ਦੇ ਮਗਰ ਲੱਗਾਂਗੇ ਸੋ ਬੇਨਤੀ ਹੈ ਮੇਰੀ ਸਾਰੀ ਪਬਲਿਕ ਤੋਂ ਸਾਰੀ ਜਨਤਾ ਤੋਂ ਵਾਧ ਤੋਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਸ ਬੰਦੇ ਦੇ ਬਹਿਕਾਵੇ ਤੇ ਆ ਕੇ ਮੈਂ ਬੇਨਤੀ ਕਰਦੀ ਆ ਮੇਰੀ ਹਿੰਦੂਆਂ ਭੈਣ ਭਰਾਵਾਂ ਨੂੰ ਕਿ ਪਲੀਜ਼ ਗੁੱਸਾ ਨਾ ਹੋਇਓ ਸਾਨੂੰ ਸਿੱਖਾਂ ਤੋਂ ਨਫ਼ਰਤ ਨਾ ਕਰਿਓ ਅਸੀਂ ਨਹੀਂ ਅਸੀਂ ਇਦਾਂ ਦੇ ਸਿੱਖ ਕੌਮ ਨਹੀਂ ਆ ਅਸੀਂ ਸਭ ਨੂੰ ਗੱਲ ਲਾਉਣ ਵਾਲੇ ਪਿਆਰ ਮਹੱਤਵ 바ਤੇ ਕੌਮਾਂ ਪਰ ਸਾਡੇ ਚੋਂ ਥੋੜੇ ਜਿਹੇ ਲੋਕ ਗद्दार ਹੋ ਗਏ ਆ ਜਿਹੜੇ ਖਾਲਸਾਨ ਕट्टर ਖਾਲਸਾਨ ਮੈਂ ਅੱਗੇ ਵੀ ਕਿਹਾ ਸੀ ਬਹੁਤ ਖਾਲਸਾਨ ਦੇ ਲੋਕਾ ਨਾ ਮੇਰੀ ਬੈਣੀ ਉੱਠਣੀ ਆ ਦੇ ਆਰ ਵੈਰੀ ਨਾਈਸ ਪੀਪਲ ਉਹ ਇੰਡੀਆ ਦੇ ਝੰਡੇ ਨੂੰ ਇੰਨਾ ਸਤਿਕਾਰ ਕਰਦੇ ਐ ਇੰਨਾ ਪਿਆਰ ਕਰਦੇ ਕਹਿੰਦੇ ਸੀ ਮੈਡਮ ਕਦੀ ਇੰਡੀਆ ਦਾ ਝੰਡਾ ਨਾ ਅਸੀਂ ਭੈਣੇ ਫਾੜ ਨਹੀਂ ਸਕਦੇ ਅਸੀਂ ਇਦਾਂ ਦੇ ਕਹਿੰਦੇ ਖਾਲਸਾਣੀ ਨਹੀਂ ਆ ਅਸੀਂ ਤਾਂ ਆਪਣੇ ਹਿੰਦੂਆਂ ਭੈਣ ਭਰਾ ਨੂੰ ਆਪਣੇ ਗੱਲ ਨਾਲ ਲਾ ਕੇ ਚੱਲਣਾ ਹੈ ਅਸੀਂ ਤਾਂ ਆਪਣੇ ਮੁਸਲਮ ਵੀਰਾਂ ਨੂੰ ਆਪਣੇ 크ਰਿਸਚੀਅਨਸ ਨੂੰ ਸਭ ਨੂੰ ਗੱਲ ਨਾਲ ਲਾ ਕੇ ਚੱਲਣਾ ਹੈ ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਉਹ ਰਾਜ ਦੇ ਵਿੱਚ ਹਿੰਦੂ ਵੀ ਰਹਿੰਦੇ ਸੀ ਮੁਸਲਮਾਨ ਵੀ ਰਹਿੰਦੇ ਸੀ ਤੇ 크ਰਿਸਚੀਅਨ ਵੀ ਪਰ ਕਦੇ ਉਸ ਰਾਜ ਦੇ ਵਿੱਚ ਜਾਤ ਪੇਤ ਧਰਮ ਨਹੀਂ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਭ ਕੁਝ ਇਕਵਲ ਸੀ ਉਹ ਹਰੇਕ ਬੰਦੇ ਨੂੰ ਆਪਣੀ ਗੱਲ ਦੇ ਨਾਲ ਲਾ ਕੇ ਚੱਲਦੇ ਸੀ ਸੋ ਅਸੀਂ ਖਾਲਸਾ ਰਾਜ ਦੀ ਡਿਮਾਂਡ ਕੀਤੀ ਸੀ ਖਾਲਸਾਪਨ ਦੀ ਨਹੀਂ ਸੋ ਇੱਕ ਖਾਲਸਾ ਰਾਜ ਇਦਾਂ ਨਹੀਂ ਹੋਣਾ ਕਿ ਕਿਹਾ ਆਪਾਂ ਖਾਲਸਾ ਰਾਜ ਚਾਹੀਦਾ ਆ ਗਿਆ ਨਹੀਂ ਇਹ ਖਾਲਸਾ ਰਾਜ ਅਸੀਂ ਬਣਾਉਣਾ ਹੈ ਅਸੀਂ ਕੋਈ ਜਗ੍ਹਾ ਲੈ ਕੇ ਨਹੀਂ ਬਣਾਉਣਾ ਕਿ ਸਾਨੂੰ ਆ ਟੋਟਾ ਦੇ ਦੋ ਭਾਰਤ ਦਾ ਨਹੀਂ ਨਹੀਂ ਅਸੀਂ ਦਿਲਾਂ 'ਚ ਬਣਾਉਣਾ ਹੈ ਅਸੀਂ ਤੁਹਾਡੇ ਦਿਲਾਂ 'ਚ ਪੈਦਾ ਕਰਨਾ ਹੈ ਅਸੀਂ ਆਪਣੇ ਦਿਲਾਂ 'ਚ ਪੈਦਾ ਕਰਨਾ ਹੈ ਸਰਾਜ ਨੂੰ ਪਰ ਮੇਰੇ ਵਾਸਤੇ ਮੇਰੀਆਂ ਬਾਹਾਂ ਮੇਰੇ ਸਾਰੇ Hindu ਭੈਣ ਭਰਾਵਾਂ ਵਾਸਤੇ ਸਾਰੇ Christian ਭੈਣ ਭਰਾਵਾਂ ਵਾਸਤੇ ਸਾਰੇ Muslim ਜੋ ਮੇਰੇ ਇੰਡੀਆ 'ਚ ਰਹਿੰਦੇ ਆ ਸਾਰੇ ਵਾਸਤੇ ਮੇਰੀਆਂ ਬਾਹਾਂ ਖੁੱਲੀਆਂ ਮੇਰੇ ਦਰ ਮੇਰੇ ਮੇਰੇ ਦਰ ਖੁੱਲੇ ਉਹਨਾਂ ਵਾਸਤੇ ਕਿ ਮੈਂ ਇਹ ਵਿੰਤਿ ਕਰਦੀ ਆ ਕਿ ਮੈਂ ਸਾਰੇ ਕੌਮ ਸਾਰੇ ਧਰਮ ਨੂੰ ਬੇਪਨਾ ਮੁਹੱਬਤ ਕਰਦੀ ਆ ਮੈਂ ਕਦੀ ਕਿਸੇ ਨਾਲ ਜਾਤ ਪੇਤ ਨਹੀਂ ਕੀਤਾ ਕਦੀ ਕਿਸੇ ਅੱਲਾ ਈਸ਼ਵਰ ਗੋਡ ਨੂੰ ਕਦੀ ਕਿਸੇ ਨੂੰ ਮਾੜਾ ਸ਼ਬਦ ਨਹੀਂ ਆਖੇ ਕਿਉਂ ਕਿਉਂਕਿ ਮੈਂ ਸਾਰੇ ਰੱਬ ਦੀ ਪੂਜਾ ਕਰਦੀ ਹਾਂ ਮੇਰੇ ਘਰ ਆ ਕੇ ਦੇਖੋ ਤੁਹਾਨੂੰ ਹਰੇਕ ਰੱਬ ਮਿਲੇਗਾ ਇੱਥੇ ਦੇ ਹਾਰੇ ਕਰ ਆਪਣ ਨੂੰ ਇਕਵਲ ਆਪਣੇ ਇੱਕ ਮੰਦਰ ਚ ਸਜਾਇਆ ਹੋਇਆ ਕਿਉਂਕਿ ਮੈਂ ਸਭ ਦਾ ਸਤਿਕਾਰ ਕਰਦੀ ਹਾਂ ਸੋ ਪਲੀਜ਼ ਇਹ ਜੇ ਪੰਨੂ ਦੇ ਗੱਲਾਂ ਚਾਕੇ ਕੋਈ ਵੀ Hindu ਪੜਕਿਓ ਨਾ ਕੋਈ ਵੀ ਸਿੱਖਾਂ ਦੇ ਵਿਰੋਧ ਨਾ ਹੋਇਓ ਹਾਂ ਜਿਹੜੇ ਖਾਲਸਤਾਨੀ ਐ ਸਿੱਖ ਨਹੀਂ ਐ ਔਰ ਨਾ ਹੀ ਇਹ ਸਾਡੀ ਕਿਸੇ ਟੀਮ ਦਾ ਹਿੱਸਾ ਸੋ ਅਸੀਂ ਜਿਹੜੇ origignal ਸਿੱਖਾਂ ਅਸੀਂ ਤੁਹਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਾਂ ਸਾਡੇ ਦਿਲ ਚ ਕੋਈ ਨਫ਼ਰਤ ਨਹੀਂ ਸੋ ਥੋੜਾ ਜਿਹਾ ਥੋੜਾ ਜਿਹਾ ਸੋਚ ਕੇ ਚੱਲਿਓ ਕੋਈ ਦੰਗੇ ਫਸਾਦ ਕੁਝ ਨਹੀਂ ਕਰਨੇ ਅਸੀਂ ਬੜੀ ਸ਼ਾਂਤੀ ਨਾਲ ਰਹਿਣਾ ਕਿਉਂਕਿ ਇਹ ਬੰਦਾ ਦੰਗੇ ਫਸਾਦ ਕਰਾਉਣਾ ਚਾਹ ਰਿਹਾ ਤਾਂ ਕਿ ਦੰਗੇ ਫਸਾਦ ਹੋਣ ਕੈਨੇਡਾ 'ਚ ਵੀ ਤੇ ਇੰਡੀਆ 'ਚ ਵੀ ਸਾਰੇ ਮੈਸੇਜ ਸਾਰਾ ਨੋਆ ਬਿਲਕੁਲ ਨਿਊਟਰਲ ਰੋ ਕਵਾਈਟ ਰੋ ਇਸ ਕੁੱਤੇ ਨੂੰ ਭੌਂਕਣ ਦਿਓ ਕਿਉਂਕਿ ਇੱਥੇ ਜੁੱਤੀਆਂ 'ਲੀ ਪਾਲਿਸ਼ ਲਾਲ ਕੇ ਪਾਸੇ ਦਾ ਕੰਮ ਹੈ ਭੌਂਕਣਾ ਇਹਨੇ ਬਿਲ ਚੋਂ ਬਾਹਰ ਨਹੀਂ ਆਣਾ ਭੌਂਕਣਾ ਸੋ ਇਹਨੂੰ ਅਵੋਇਡ ਕਰੋ